ਕਾਫੀ ਲੋਕ ਫਸੇ ਹੋਏ ਨੇ ਤਾਂ ਇਹ ਆਰਮੀ ਵਾਲਿਆਂ ਦਾ ਜਿਹੜਾ ਇੱਥੇ ਦਾ ਪ੍ਰੋਸੈਸ ਹੈ ਬਹੁਤ ਸਲੋ ਚੱਲ ਰਿਹਾ ਹੈ ਸਾਨੂੰ ਇੱਥੇ 2.5 ਘੰਟੇ ਹੋ ਗਏ ਬੈਠਿਆਂ ਨੂੰ ਮਤਲਬ ਕਿ ਹੁਣ ਇਹ ਬੋਟ ਸਟਾਰਟ ਕਰਨਗੇ ਹੁਣ ਬੋਟ ਲੈ ਕੇ ਜਾਣਗੇ ਹੁਣ ਹਾਲੇ ਵੀ ਤਿਆਰੀ ਕਰ ਰਹੇ ਨੇ ਪਤਾ ਨਹੀਂ ਹਾਲੇ ਵੀ 1.5 ਘੰਟਾ ਮੈਨੂੰ ਵੀ ਹੋ ਗਿਆ ਵੈਸੇ ਖੜੇ ਹਾਂਜੀ ਹਾਂ ਕਾਫੀ ਟਾਈਮ ਹੋ ਗਿਆ ਉੱਪਰੋਂ ਬਾਰਿਸ਼ ਦਾ ਫਿਰ ਹੁਣ ਮਾਹੌਲ ਬਣ ਚੱਲਿਆ ਫਿਰ ਬਾਰਿਸ਼ ਹੋਣ ਵਾਲੀ ਹੈ ਤਕਰੀਬਨ 2.5-3 ਘੰਟੇ ਤੋਂ ਬੋਰਡ 'ਚ ਬੈਠੇ ਹਾਂ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਗੱਲਬਾਤ ਨਹੀਂ ਅੰਦਰੋਂ ਫੋਨ 'ਤੇ ਫੋਨ ਆ ਰਿਹਾ ਹੋ ਰਹੇ ਹਰੇਕ ਬੰਦਾ ਅੱਗੇ ਰਾਸ਼ਨ ਦੇ ਰਿਹਾ ਕਹਿੰਦਾ ਭੁੱਖੇ ਬੈਠੇ ਸਾਰੇ ਘਰੇ ਵੀ ਸਾਡਾ ਰਾਸ਼ਨ ਪਹੁੰਚਾ ਦਿਓ ਅੰਦਰ ਹਰੇਕ ਬੰਦਾ ਬੈਗ ਫੜਾ ਜਾਂਦਾ ਅੱਗੇ ਅਤੇ ਪਰ 2.5 ਘੰਟੇ ਤੋਂ ਬੋਰਡ ਹਿੱਲੀ ਨਹੀਂ ਹੈਗੀ ਅਤੇ ਇੱਕ ਜਣਾ ਜਾਂਦਾ ਵਾ ਜਦੋਂ 15 ਬੋਰਡ 'ਚ ਸਿਰਫ 2 ਬੰਦੇ ਆਉਂਦੇ ਆ ਉਹ ਗੱਲ ਗਲਤ ਹੋ ਰਹੀ ਹੈ ਮੈਂ ਤਾਂ ਇੱਕ ਦਰਖਾਸਤ ਕਰਨਾ ਚਾਹਾਂਗਾ ਪੰਜਾਬ ਸਰਕਾਰ ਤੋਂ ਵੀ ਇਕੱਲਾ ਫੌਜੀਆਂ ਦਾ ਮਿਲਟਰੀ ਦੇ ਸਿਰ 'ਤੇ ਨਾ ਛੱਡੋ ਆਪਣੇ ਵਾਸਤੇ ਵੀ ਜੋ ਆਪਣੇ ਤੁਹਾਡੇ ਪੰਜਾਬ 'ਚ ਤੁਹਾਡੀ ਇੰਤਜ਼ਾਮਾਂ ਕਿਸ਼ਤੀਆਂ ਹੈ ਉਹਨਾਂ ਨਾਲ ਬੰਦਿਆਂ ਨੂੰ ਰੈਸਕਿਊ ਕਰੋ ਉਹ ਅੰਦਰ ਹਾਰਟ ਦੇ ਪੇਸ਼ੈਂਟ ਅੰਦਰ ਬੈਠੀ ਮਿੰਟ ਤੋਂ ਮਿੰਟ ਫੋਨ ਆ ਰਿਹਾ ਲੋਕ ਸਮਾਨ ਪਹੁੰਚਾ ਰਹੇ ਆ ਸਾਨੂੰ ਪਰ ਦੇਣ ਯੋਗੇ ਨਹੀਂ ਹੋ ਰਹੇ ਅਸੀਂ ਬੜੇ ਪਰੇਸ਼ਾਨੀ ਹੋ ਰਹੀ 2-3 ਘੰਟੇ ਉਹਦੇ ਖੜੇ ਆ ਵੇਟ ਕਰਦੇ ਹੋਏ ਸਾਨੂੰ ਲੋਕਲ ਪ੍ਰਸ਼ਾਸਨ ਵੀ ਜਿਹੜਾ ਇੱਥੇ ਮਦਦ ਕਰ ਰਿਹਾ ਲੋਕਲ ਪ੍ਰਸ਼ਾਸਨ ਮਦਦ ਦਾ ਮੈਂ ਦੇਖੀ ਨਹੀਂ ਕਰ ਰਿਹਾ ਕੋਈ ਨਹੀਂ ਜੀ ਆਹ ਪ੍ਰਾਈਵੇਟ ਬੰਦੇ ਜਿਹੜੇ ਸਾਡੀ NGO ਹੈਗੀ ਆ ਇਹ NGO ਇਹਨਾਂ ਦੀ ਅਸੀਂ ਆ ਕੇ ਮਦਦ ਕਰ ਰਹੇ ਹਾਂ ਲੋਕਲ ਪ੍ਰਸ਼ਾਸਨ ਦਾ ਮੈਂ ਦੇਖਿਆ ਨਹੀਂ ਆਉਂਦੇ ਫੋਟੋ ਖਿਚਾ ਕੇ ਚਲੇ ਜਾਂਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿਹੜੇ ਕਹਿੰਦੇ ਵੀ ਕਿ ਟੋਲ ਜਿਹਨੂੰ ਸਹਾਇਤਾ ਨੰਬਰ ਹੈਗੇ ਆ ਉਹ ਲਗਾਤਾਰ ਬਿਜ਼ੀ ਆ ਰਹੇ ਆ ਕੋਈ ਗੱਲਬਾਤ ਨਹੀਂ ਹੋ ਰਹੀ ਬਿਜ਼ੀ ਆਉਂਦੇ ਲਗਾਤਾਰ ਅਤੇ ਕੋਈ ਆਉਂਦਾ ਬਸ 2 ਮਿੰਟ ਚੱਲ ਕੇ ਹਾਂਜੀ ਕੀ ਆ ਜੀ ਓਕੇ ਜੀ ਕਰਕੇ ਚੱਲ ਜਾਂਦੇ ਕੋਈ ਨਹੀਂ ਖੜ ਰਿਹਾ ਵਿੱਚ ਆ ਕੇ ਕੋਈ ਨਹੀਂ ਕਹਿ ਰਿਹਾ ਵੀ ਤੁਸੀਂ ਜਾ ਕੇ ਬੰਦੇ ਲਿਆਓ ਫਟਾਫਟ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਪਬਲਿਕ ਸਾਰੀ ਖੜੀ ਆ ਉਹ ਪਰੇਸ਼ਾਨ ਪਬਲਿਕ ਹੀ ਪਬਲਿਕ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਹੈ ਤੁਹਾਨੂੰ ਮਿਲੂਗਾ ਇੱਥੇ ਜੀ 4 ਘੰਟੇ ਤੇ ਦੇਖ ਰਹੇ ਹਾਂ ਬੋਟ ਉੱਥੇ ਦੇ ਖੜੀ ਹੈ ਇੱਕ ਬੋਟ ਗਈ ਹੈ ਤੇ ਅਸੀਂ ਸਿਰਫ 3-4 ਬੰਦੇ ਲੈ ਕੇ ਆਈ ਹੈ ਹਾਂ 3 ਘੰਟੇ ਪਹਿਲਾਂ ਇੱਕ ਬੋਟ ਗਈ ਸੀ 10-1 ਬੰਦੇ ਆਏ ਆ ਲੇਕਿਨ ਸਰ 4 ਘੰਟੇ ਤੋਂ ਇੱਕੋ ਬੋਟ ਇਹ ਦੇਖੋ ਖੜੀ ਹੈ ਅਸੀਂ ਤਾਂ ਆਪ ਦੇਖ ਕੇ ਹੈਰਾਨ ਹੋ ਰਹੇ ਹਾਂ ਕਿ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਬਚਾਓ ਅੰਦਰ ਜਿਹੜੇ ਫਸੇ ਪਏ ਆ ਉਹਨਾਂ ਨੂੰ ਬਚਾਓ ਜਿਹੜੇ ਕਹਿੰਦੇ ਵੀ ਕਿ ਟੋਲ ਜਿਹਨੂੰ ਸਹਾਇਤਾ ਨੰਬਰ ਹੈਗੇ ਆ ਉਹ ਲਗਾਤਾਰ ਬਿਜ਼ੀ ਆ ਰਹੇ ਆ ਕੋਈ ਗੱਲਬਾਤ ਨਹੀਂ ਹੋ ਰਹੀ ਬਿਜ਼ੀ ਆਉਂਦੇ ਲਗਾਤਾਰ ਅਤੇ ਕੋਈ ਆਉਂਦਾ ਬਸ 2 ਮਿੰਟ ਚੱਲ ਕੇ ਹਾਂਜੀ ਕੀ ਆ ਜੀ ਓਕੇ ਜੀ ਕਰਕੇ ਚੱਲ ਜਾਂਦੇ ਕੋਈ ਨਹੀਂ ਖੜ ਰਿਹਾ ਵਿੱਚ ਆ ਕੇ ਕੋਈ ਨਹੀਂ ਕਹਿ ਰਿਹਾ ਵੀ ਤੁਸੀਂ ਜਾ ਕੇ ਬੰਦੇ ਲਿਆਓ ਫਟਾਫਟ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਪਬਲਿਕ ਸਾਰੀ ਖੜੀ ਆ ਉਹ ਪਰੇਸ਼ਾਨ ਪਬਲਿਕ ਹੀ ਪਬਲਿਕ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਹੈ ਤੁਹਾਨੂੰ ਮਿਲੂਗਾ ਇੱਥੇ ਜੀ ਸਮਾਨ ਹੁਣ ਫਿਰ ਲਾਇਆ ਜਾ ਰਿਹਾ ਸਮਾਨ ਕਾਹਤੋਂ ਲਾ ਲਿਆ ਬਾਬਾ ਜੀ ਇਹ ਸਮਾਨ ਕਿਉਂ ਲਾ ਲਿਆ 2.5 ਘੰਟੇ ਦੀ ਹੋ ਗਏ ਬੋਟ ਬੋਟਿੰਗ ਜਾ ਰਹੀ ਹਾਂਜੀ ਸਮਾਨ ਕਿਉਂ ਲਾ ਟਰੈਕਟਰ ਟਰਾਲੀ ਰਾਹੀਂ ਸਮਾਨ ਪਹੁੰਚਾਵਾਂਗੇ ਉਹ ਵੀ ਕਰਾਂਗੇ ਬੋਟ ਤਾਂ ਖੜੀ ਹੈ ਇੱਥੇ ਤੁਸੀਂ ਦੇਖ ਹੀ ਰਹੇ ਹੋ ਇਸ ਗੱਲ ਨੂੰ ਤਾਂ ਇਹ ਦੇਖ ਲਿਓ ਲੋਕ ਜਿਹੜੇ ਆ ਸਮਾਨ ਹੁਣ ਆਰਮੀ ਦੀ ਬੋਟ ਦੇ ਵਿੱਚੋਂ ਕੱਢਣ ਲੱਗ ਗਏ ਨੇ ਕਹਿੰਦੇ ਕਿ ਇਹ ਤਾਂ ਪਹੁੰਚਾ ਨਹੀਂ ਰਹੇ ਅਸੀਂ ਆਪਣੇ ਤੌਰ ਤੇ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਪਰ ਇਹਨਾਂ ਲੇਟ ਕਿਉਂ ਹੋ ਰਿਹਾ ਉਹ ਲੋਕ ਵੀ ਸਮਾਨ ਕੱਢਣੇ ਸ਼ੁਰੂ ਹੋ ਗਿਆ ਵਿੱਚੋਂ ਲੋਕ ਕਹਿੰਦੇ ਕਿ 4 ਘੰਟੇ ਹੋ ਗਏ ਇੱਕੋ ਹੀ ਬੋਟ ਅੰਦਰ ਗਈ ਹੈ ਸਮਾਨ ਅੰਦਰ ਜ਼ਰੂਰਤ ਹੈ ਲੋਕਾਂ ਨੂੰ ਸਮਾਨ ਕੀ ਜ਼ਰੂਰਤ ਹੈ ਲੋਕਾਂ ਨੂੰ ਆ ਖਾਣੇ ਕੇ ਲਈ ਅੰਦਰ ਜ਼ਰੂਰ ਆ ਰਿਹਾ ਸਰ ਪਲੀਜ਼ ਇੱਕ ਬੋਟ ਨੇ ਕਿ ਕਾਫੀ ਦੇਰ ਸੇ ਖੜੇ ਹੋਏ ਆ ਲੋਕ ਆਪਕੇ ਸਾਹਮਣੇ ਬੋਲ ਰਹੇ ਆ ਅਧਿਕਾਰੀ ਕੁਝ ਬੋਲਣ ਨੂੰ ਜਿਹੜਾ ਉਹ ਤਿਆਰ ਨਹੀਂ ਹੈ ਤੁਹਾਡੇ ਸਾਹਮਣੇ ਮੈਂ ਗੱਲ ਕੀਤੀ ਹੈ ਲੋਕ ਕਹਿ ਰਹੇ ਨੇ ਕਿ 4 ਘੰਟੇ ਤੋਂ ਇੱਥੇ ਬੋਟ ਖੜੀ ਹੋਈ ਆ ਔਰ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਇਹ ਆਰਮੀ ਦੇ ਅਧਿਕਾਰੀ ਨੇ ਇਹਨਾਂ ਦੀ ਕੋਈ ਜਵਾਬਦੇਹੀ ਹੈ ਜਾਂ ਨਹੀਂ ਹੈ ਇਹ ਕੋਈ ਪਤਾ ਨਹੀਂ ਲੋਕਲ ਪ੍ਰਸ਼ਾਸਨ ਇੱਥੇ ਹੈ ਨਹੀਂ ਤਾਂ ਲੋਕ ਜਿਹੜੇ ਉਹ ਬੜੇ ਪਰੇਸ਼ਾਨ ਨੇ ਪਟਿਆਲਾ ਰਾਜਪੁਰਾ ਰੋਡ ਦੇ ਉੱਪਰ ਅਸੀਂ ਖੜੇ ਹਾਂ ਹਾਲਾਤ ਜਿਹੜੇ ਕਿਸ ਕਦਰ ਨੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇੱਥੇ ਬਹੁਤ ਜ਼ਿਆਦਾ ਹੈਗਾ ਅਤੇ ਲੋਕ ਅਤੇ ਜਿਹੜੀਆਂ ਆਰਮੀ ਦੀਆਂ ਟੀਮਾਂ ਨੇ ਉਹ ਲੋਕਾਂ ਦੇ ਲਈ ਇੱਥੋਂ ਰਾਸ਼ਨ ਲੈ ਕੇ ਜਾਣ ਦੀ ਕੋਸ਼ਿਸ਼ ਦੇ ਵਿੱਚ ਨੇ ਬੋਰਡ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜਾ ਉਹ ਰਾਸ਼ਨ ਰੱਖਿਆ ਹੋਇਆ ਹੈ ਔਰ ਹੁਣ ਉਹ ਪਾਰ ਜਿਹੜੇ ਲੋਕ ਨੇ ਜਿੱਧਰ ਪਾਣੀ ਦੇ ਵਿੱਚ ਫਸੇ ਹੋਏ ਆ ਮਹੱਲੇ ਦੇ ਵਿੱਚ ਇੱਧਰ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਮਹੱਲੇ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਤਾਂ ਉੱਥੇ ਇਹ ਆਰਮੀ ਵਾਲੇ ਜਿਹੜੇ ਆ ਇਹ ਬੋਟ ਦੇ ਰਾਹੀਂ ਰਾਸ਼ਨ ਜਿਹੜਾ ਉਹ ਲੈ ਕੇ ਜਾ ਰਹੇ ਨੇ ਤਾਂ ਕੁਝ ਲੋਕਾਂ ਨੂੰ ਜਿਹੜਾ ਉਹ ਲਿਆਂਦਾ ਵੀ ਜਾ ਰਿਹਾ ਅਤੇ ਕੁਝ ਜਿਹੜੇ ਲੋਕ ਹਾਲੇ ਵੀ ਉੱਧਰ ਫਸੇ ਹੋਏ ਨੇ ਉਹਨਾਂ ਦੇ ਲਈ ਜਿਹੜਾ ਰਾਸ਼ਨ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਦਿਖਾਊਂਗਾ ਆਪਣੀ ਟੀਮ ਨੂੰ ਕਹੂੰਗਾ ਕਿ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਇੱਕ ਬੋਟ ਦੇ ਵਿੱਚ ਕਾਫੀ ਸਾਰਾ ਸਮਾਨ ਰੱਖ ਕੇ ਜਿਹੜਾ ਉਹ ਉਹਨਾਂ ਉੱਧਰ ਲਿਜਾਣ ਦੀ ਕੋਸ਼ਿਸ਼ ਹੈ ਲੋਕਾਂ ਦੇ ਲਈ ਰਾਹਤ ਦੇਣ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਘਰਾਂ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਦੇ ਜਿਹੜੇ ਸੱਜਣ ਮਿੱਤਰ ਰਿਸ਼ਤੇਦਾਰ ਨੇ ਇੱਧਰਲੇ ਬੰਨੇ ਉਹਨਾਂ ਦੇ ਵੱਲੋਂ ਆਪਣੇ ਉੱਧਰ ਫਸੇ ਹੋਏ ਲੋਕਾਂ ਦੇ ਲਈ ਵੀ ਜਿਹੜਾ ਉਹ ਸਮਾਨ ਭੇਜਣ ਜਾਰੀ ਹੈ ਔਰ ਉਹਨਾਂ ਦੇ ਘਰਾਂ ਦੇ ਨੰਬਰ ਮੋਬਾਈਲ ਨੰਬਰ ਵਗੈਰਾ ਲਿਖ ਕੇ
इन्हों दिते जा रहे हैं कि फलाने फलाने घर के जाके जिहड़ा तुसीं उत्थे राशन दे देना हैगा। तां तुसीं तस्वीरां दे विच देख सकते हो कि ये जवान जिहड़े आ ये राशन लैके जाण दे लई तैयार ने और पानी दीआं बोतलां जिहड़ियां ओह पईआं होईआं ने। मैं अपनी टीम नूं कहांगा कि दिखाउण ब्रैड ने होर बहुत सारा जिहड़ा खाण पीण वाला समान है जिहड़ा इत्थों लिजाण दी कोशिश जिहड़ी आ उह कीती जा रही है। और कई बोट्स जिहड़ियां हैगीआं कई किश्तियां जिहड़ियां हैगीआं उह आर्मी दीआं इत्थे हैगीआं ने और काफ़ी लोग जिहड़े इत्थे मौजूद ने गलबात करन दी कोशिश करदा। भाजी किन्ने कु लोग जिहड़े उधर फसे हुए आ? पता नहीं मैनूं, पता नहीं पता नहीं इहनां नूं जिहड़ा कहिंदे कि ज़्यादा पता नहीं है क्योंकि घर घर जिहड़े तुसीं देख सकते हो कि बहुत ज़्यादा हैगे आ और लोग काफ़ी मात्रा दे विच उधर ने और पानी भी जिहड़ा वो छाती तो उपर तक का जिहड़ा इधर हैगा क्योंकि एरिया काफ़ी नीवा हैगा। हालांकि जिते एक किश्ती आ इत्थे पानी दा पद्धर हले घट है और जिवें जिवें महल्ले दे विच नूं जदों जाणगे तां उदों जिहड़ा वो पानी दा पद्धर होर वध जांदा। तो तस्वीरां दे विच दिखाओ तुसीं वह शीशे दे विच जिहड़े लोग फसे हुए ने घरां दे विच उपर जिहड़े चढ़े हुए कुछ लोग ने उन्होंने अपने आप नूं उपर चढ़ के जिहड़ा बचाया होया। हालांकि थलड़े पासे जिहड़े वह पानी काफ़ी मात्रा दे विच वध चुक्या है और तस्वीरां इह पटियाला दे राजपुरा रोड दीआं ने और इत्थे जिहड़ा हैगा बहुत ज़्यादा पानी घरां दे विच वध चुक्या है और आर्मी दे जवानां दे वल्लों उन्हां दे लई राहत दे लई जिहड़ा वह समान लिजाण दी जिहड़ी कोशिश की जा रही है। और तुसीं देख सकते हो कि आर्मी दीआं गड्डियां जिहड़ियां वह काफ़ी इत्थे हैगीआं ने। तां आ नौजवान जिहड़े आ अपने सज्जण मित्र रिश्तेदारां दे लई समान पहुँचाउण दे लई जिहड़ा वह पहुँचे हुए ने देख सकते हो तुसीं तस्वीरां दे विच। तां पटियाला दे विच जिहड़े हालात इस तरीके दे जिहड़े बने हुए आ काफ़ी समय तो जिहड़ी मशक्कत की जा रही है इन्हां दे वल्लों समान जिहड़ा वह रखिया जा रहा है किश्ती दे विच पर हाले तक जिहड़ा तुरे तां नहीं। काफ़ी हालात जिहड़े चारे पासे पाणी पाणी जिथे एक पासे राशन लिजाण दी कोशिश है सड़क एक इस पासे तां दूजे पासे भी तुसीं देख सकते हो कि पानी बहुत ज़्यादा हैगा काफ़ी ज़्यादा मात्रा दे विच जिहड़ा वह पानी आ चुक्या। इत्थे आपां अगे भी देखते हैं कि जाम भी जिहड़ा वह काफ़ी ज़्यादा लग्या होया तां लोग जिहड़े उधर फसे हुए ने राशन जिहड़ा तुसीं देख सकते हो बोट्स दे विच पिया होया। बाबा जी किन्ने लोग उधर फसे हुए है? भाई खालसा वाहेगुरू फतेह जी। किन्ने लोग उधर फसे हुए जी? काफ़ी लोग फसे हुए हैं। हाँ जी तो ये आर्मी वालों का जो इतने का प्रोसैस है बहुत स्लो चल रहा है। अच्छा सानू इतने ढाई घंटे हो गए बैठिया मतलब कि हूँ यह बोट स्टार्ट करे हूँ बोट लेके जाएंगे जिस दे विच के राशन ढाई घंटे क्यों लागे? मैं टीम नूं कहूँगा एक बार वो दिखाउण कि पानी जिहड़ा किन्ने पद्धर तक गया होया वह देखो आ रहे हैं तस्वीरां देख सकते हो कि दो नौजवान जिहड़े आ सिर ते कुछ रख के आ रहे हैं पानी बहुत ज़्यादा हैगा। हाँ जी तुसीं कह रहे थे कि ढाई घंटे लग गए की चक्कर एक सानूं तां कही जांदे जी रोटी खा रहे हैं रोटी खा रहे हैं भी आर्मी वाले रोटी खा रहे रोटी खा के जाणगे जी। तां देखो कि हुण हले भी तैयारी कर रहे हैं पता नहीं हले भी अद्धा घंटा लग गया मैनूं भी हो गया वैसे खड़े। हाँ जी हाँ काफ़ी टाइम हो गया उपर बारिश का फिर हुण माहौल बन चल रहा फिर बारिश होने वाली है ਜਿਹਨਾਂ ਨੇ ਸਿਰਫ ਰਾਸ਼ਨ ਲੈ ਕੇ ਜਾ ਰਹੇ ਆ ਜਾਂ ਫਿਰ ਉਧਰੋਂ ਲੈ ਕੇ ਵੀ ਆ ਰਹੇ ਲੈ ਕੇ ਉਦੋਂ ਸਿਰਫ ਆਰਮੀ ਵਾਲਿਆਂ ਦੀ ਟੀਮ ਹੈ 9 ਬੰਦੇ ਦੀ ਟੀਮ ਹੁੰਦੀ ਹੈ ਇੱਕ ਬੋਟ ਦੇ ਵਿੱਚ ਇਹ 6-15 ਬੰਦਿਆਂ ਦੀ ਕਪੈਸਿਟੀ ਹੈ ਇੱਕ ਬੋਟ ਦੀ 15 ਬੰਦਿਆਂ ਦੀ ਕਪੈਸਿਟੀ ਹੈ ਜਦੋਂ ਕਿ ਇੱਥੋਂ ਲੈ ਕੇ ਜਿਨ੍ਹਾਂ ਦੇ ਮੈਂਬਰ ਫਸੇ ਹੋਏ ਨੇ ਆਰਮੀ ਵਾਲਿਆਂ ਨੂੰ ਕੋਈ ਪਤਾ ਨਹੀਂ ਹੁੰਦਾ ਏਰੀਆ ਬਾਰੇ ਜਿਨ੍ਹਾਂ ਨੇ ਲੈ ਕੇ ਆਉਣਾ ਹੁੰਦਾ ਦੇਖੋ 3 ਬੰਦੇ ਹੈਗੇ ਆ 3-4 ਬੰਦੇ ਇਹ ਹੋ ਗਏ ਲੈ ਕੇ ਕਿੰਨੇ ਨੂੰ ਆਉਣਗੇ 2-3 ਬੰਦਿਆਂ ਨੂੰ ਜਾਣਗੇ 12-13 ਲੋਕ ਤੇ ਲੈ ਕੇ ਆਉਣਗੇ 2 ਬੰਦਿਆਂ ਨੂੰ ਤੁਹਾਡੇ ਕਹਿਣ ਦਾ ਬਿਲਕੁਲ तो फिर प्रोसैस तो बहुत स्लो है तुम्हें की कहना चाहते बहुत स्लो है जी असं तकरीबन 2.5-3 घंटे तो बोर्ड से बैठे हैं कोई सुनवाई नहीं हो रही कोई गलबात नहीं अंदरों फोन से फोन आ रहे हैं हो रहे हरेक बंदा आगे राशन दे रहा क्या भुखे बैठे सारे घर भी साडा राशन पहुँचा दो अंदर हरेक बंदा बैग फड़ा जाता आगे तो पर 2.5 घंटे तो बोर्ड हिली नहीं हैगी तो एक जना जाता वा जो 15 बोर्ड सिर्फ 2 बंदे आते हैं वो गल गलत हो रही है। मैं तो एक दरखास्त करना चाहवागा पंजाब सरकार तो भी कला फौजियों के मिलिट्री सिर ते ना छड्डो अपने वास्ते जो अपने थोड़े पंजाब से थोड़ी इंतजाम किश्तियां हैं उन्होंने बंदियां नूं रेस्क्यू करो वो अंदर हार्ट दे पेशेंट वेंटीलेटर दे पे हैं बंदे मतलब बहुत ज़्यादा परेशान ने ते
की नाम है गलत कार्रवाई हो रही है। जो कला फौजिया ने छड़िया हुआ बेचारे लगे हैं, सवेर तो लैके शाम तक काम कर रहे हैं, बहुत अच्छा काम कर रहे हैं। प्रोसैस तो स्लो है, प्रोसैस स्लो है, यह मानता ढाई साल ढाई उन्हें लगे सवेरे पांच रात लगे दिन चु लगे हैं। पर सानू चाहिए भी बंदे बद जल्दी वापस आन, क्योंकि सारी दुनिया अंदर बैठी मिनट मिनट फोन आ रहे हैं, लोग समान पहुँचा रहे हैं सानू, पर देन देन जोगे नहीं हो रहे। असं बड़े परेशानी हो रही, ढाई तीन घंटे हो रहे खड़े वेट करते हुए सानू। इन्हें को सिर्फ इन्नी बोर्ड का होर भी इन्हों को है, होर भी है, इन्होंने को चार बोर्ड्स नहीं है। दो जो तुम माड़े जो कैमरे दिखाओ जो कि वो पानी भर रहा है, ऑलरेडी दो वोटों के इदा पानी भर रहा है, दो वोट इन्होंने पिछे ये खड़ी है, पिछे होर है जी, है जी। ये जो कि पंजाब सरकार भी चाहिए अपने लैवल से भी अपन वोटा इतने भेजनी चाहिए। लोकल प्रशासन भी जो इतने मदद कर रहे हैं, लोकल प्रशासन मदद का मैं देखी नहीं कर रहा, कोई नहीं जी। आप प्राइवेट बंदे जो साड़ी एन जी ओ हैगी एन जी ओ इन्हों की असं आगे मदद कर रहे हैं, लोकल प्रशासन का मैं देखा नहीं। आने फोटो खिंचा के चले जाने कोई फायदा नहीं है, काम करो बिच खड़ के पानी से तो पता लगेगा, लोगों को कढ़ाओ बहरों आगे तो मजा आता, ना कि राजनीति पार्टी के लगे रहो अपनी अपनी गर रोटियां सेकने वास्ते भी आए हैं नदी के फोटो खिंचा के लगे। करने की कोशिश नहीं की इतने आके मदद करे कोई सरकार का अधिकारी, कोई सरकारी अफसर या कोई सरकार का कोई नुमाइंदा, जिहड़े नंबर दिते इन्हां दे जिहड़े कहिंदे वी कि टोल जिन्हों जो सहायता नंबर हैगे आ वो लगातार बिजी आ रहे हैं, कोई कोई गलबात नहीं हो रही, बिजी आते लगातार, तो कोई आंदा बस दो मिनट चल के हाँ जी की है जी ओके जी चल करके चल जाने, कोई नहीं खड़ रहा बिच आके, कोई नहीं कह रहा भी तुम जाके बंदे लियाओ फटाफट, जिन्हें प्रॉब्लम है पब्लिक सारी खड़ी है परेशान, पब्लिक ही पब्लिक इतने प्रशासनिक अधिकारी कोई नहीं है, तुम मिलेगा इतने जी। ਅਸੀਂ ਹਿਊਮਨ ਸਰਵਿਸ ਸੁਸਾਇਟੀ ਤੋਂ ਬੋਲ ਰਹੇ ਹਾਂ, ਅਸੀਂ ਚਾਰ ਘੰਟੇ ਤੋਂ ਉੱਥੇ ਖੜੇ ਹਾਂ, ਸਾਡੇ ਕੋਲ ਜੋ ਵੀ ਉਹ ਕਰ ਰਹੇ ਅਸੀਂ ਕਰ ਰਹੇ ਹਾਂ, ਲੇਕਿਨ ਜਦੋਂ ਬੋਰਡ ਨਹੀਂ ਜਾਏਗੀ ਤਾਂ ਅਸੀਂ ਵੀ ਕੀ ਕਰ ਸਕਦੇ ਹਾਂ। ਜੈਂਟਸ ਲੱਗੇ ਹੋਏ ਆ ਪਾਣੀ ਵਿੱਚ ਜਾ ਰਹੇ ਹਾਂ, ਉਹ ਉੱਥੇ ਦੇਖੋ ਕਈ ਲੋਕ ਤਾਂ ਆਪ ਵਿਚਾਰੇ ਖੁਦ ਜਾ ਕੇ ਨਾ ਬੈਗ ਲੈ ਕੇ ਆ ਰਹੇ ਹਾਂ, ਲੇਕਿਨ ਜਿਹੜੇ ਵਿਚਾਰੇ ਨਹੀਂ ਜਾ ਸਕਦੇ ਜਿਹੜੇ ਹੁਣ ਬਜ਼ੁਰਗ ਅੰਦਰ ਹੈਗੇ ਆ ਅੰਦਰ ਪਏ ਆ, ਬੱਚੇ ਵਿਚਾਰੇ ਕੱਲੇ ਪਏ ਆ, ਸਮਾਨ ਵਗੈਰਾ ਦੇਖੋ ਤੁਹਾਡੇ ਸਾਹਮਣੇ ਦੇਖੋ ਸਮਾਨ ਪਿਆ, ਅੰਦਰ ਭੁੱਖੇ ਮਰ ਰਹੇ ਆ, ਹੁਣ ਬੱਚਿਆਂ ਨੂੰ ਤਾਂ ਵੱਡਿਆਂ ਦਾ ਸੰਭਲ ਜਾਣਗੇ ਲੇਕਿਨ ਬੱਚੇ ਵਿਚਾਰੇ ਕੀ ਕਰਨ, ਕਹਿੰਦੇ ਕਾਫੀ ਸਮੇਂ ਤੋਂ ਪਹੁੰਚੇ ਹੀ ਨਹੀਂ ਹਲੇ। ਹਾਂਜੀ ਮੈਂ ਉਹੀ ਨਹੀਂ ਸਮਾਨ ਹੀ ਦੇਖੋ ਤੁਹਾਡੇ ਸਾਹਮਣੇ ਪਿਆ, ਸਮਾਨ ਤਾਂ ਇੱਥੇ ਤੱਕ ਤਾਂ ਪਹੁੰਚ ਗਿਆ ਪਰ ਅੰਦਰ ਵੀ ਤਾਂ ਪਹੁੰਚਣਾ ਚਾਹੀਦਾ। ਮੈਂ ਉਹੀ ਤਾਂ ਗੱਲ ਕਹਿ ਰਹੀ ਹਾਂ ਕਿ ਅਸੀਂ ਚਾਰ ਘੰਟੇ ਤੇ ਦੇਖ ਰਹੇ ਹਾਂ ਬੋਟ ਉੱਥੇ ਦੇ ਖੜੀ ਹੈ, ਇੱਕ ਬੋਟ ਗਈ ਹੈ, ਇੱਕ ਬੋਟ ਗਈ ਹੈ ਤੇ ਅਸੀਂ ਸਿਰਫ ਤਿੰਨ ਚਾਰ ਬੰਦੇ ਲੈ ਕੇ ਆਈ ਹੈ। ਹਾਂ ਦਸ ਇੱਕ ਬੰਦੇ ਦੋ ਤਿੰਨ ਘੰਟੇ ਪਹਿਲਾਂ ਇੱਕ ਬੋਟ ਗਈ ਸੀ, ਦਸ ਇੱਕ ਬੰਦੇ ਆਏ ਹਾਂ, ਲੇਕਿਨ ਸਰ ਚਾਰ ਘੰਟੇ ਤੋਂ ਇੱਕੋ ਬੋਟ ਇਹ ਦੇਖੋ ਖੜੀ ਹੈ, ਅਸੀਂ ਤਾਂ ਆਪ ਦੇਖ ਕੇ ਹੈਰਾਨ ਹੋ ਰਹੇ ਹਾਂ ਕਿ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਬਚਾਓ ਅੰਦਰ ਜਿਹੜੇ ਫਸੇ ਪਏ ਆ ਉਹਨਾਂ ਨੂੰ ਬਚਾਓ। देख सकते हो कि लोग जिहड़ा साफ कह रहे हैं कि ना तो लोकल प्रशासन बहुत ही मदद कर रहा है और जिहड़ा लोग अपने पद्धर से भी समान जिहड़ा लेके आ रहे हैं लोगों के लिए अंदर फसे लोगों के लिए वह भी समान जिहड़ा वो छेती जिहड़ा पहुँचाया नहीं जा रहा, तो उस तरीके ही समान इतने पिया। कहिंदे कि पिछले चार घंटे तो सिर्फ एक बोट अंदर गई सी और सिर्फ दो ही बंदे नूं जिहड़ी बाहर कढ के लैके आई है, और गलबात आर्मी के कुछ अधिकारियों के नाल करन दी कोशिश करांगे, पर हुण इन्हां दे अधिकारी जिहड़े मेन है किड़े आ उन्होंने नाल भी पहला देखना पैना है। बाबा जी कोई इन्हों का कोई आर्मी का अधिकारी जिहदे नाल गलबात कर सकदे मैं गलबात करन दी कोशिश करदा। सर 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 थोड़ी जी गल करनी है, ओके ओके कोई बात नहीं, गलबात करते हैं इन्हों के नाल। वो कहते कि एक मिनट वेट करे क्योंकि पता करना बड़ा जरूरी है, क्योंकि लोगों ने समान तो जरा पहुँचाया ही होया है, पर हाले तक उन्हें तक पहुँचना क्यों नहीं किया जा रहा, यह जी गल पूछने की आप कोशिश करा, क्योंकि लोग कह रहे हैं कि समान अं पहुँचाया हो चार घंटे तो यह बोट जी इतनी खड़ी हुई है, सिर्फ एक बार वो बोट जी अंदर गई है और सिर्फ दो ही लोगों जी लैके आई है, तो यह अजिहा क्यों किया जा रहा, ये आप गलबात जी करने की कोशिश करते हैं। हालांकि अधिकारियों के नाल कोशिश की गल कर कि वो कह रहे हैं कि थोड़ा बिजी रहन, तस्वीर जिहड़ियां एक बार मैं कहूँगा कि फिर दिखाई जा तस्वीर जिहड़ियां ने एक बार फिर तो दिखा दी जा कि किस तरीके दे नाल जिहड़ा ये समान इतने बोट के पिया होया, पर हाले भी जिहड़ी बोट तुरी नहीं है। गलबात करने की कोशिश करते हैं अधिकारी दे नाल दोबारा कि इन्ना स्लो क्यों सिस्टम चल रहा है, क्योंकि लोग उधर भुखे ने और फसे भी हुए हैं। हालांकि एक बोट जी सामने
मैं कहांगा कि दिखाई जाए वो बोर्ड जी हालांकि समान तो नहीं लैके गई पर कढ़न वास्ते जरूर गई है। नौ बंदे दी उन्हां दी अपनी टीम है और 12-15 बंदे जिहड़े इहदे विच बह सकदे आ सिर्फ तां देखदे आ समान हुण फिर लाया जा रहा। समान कदों ला लिया बाबा जी ये समान क्यों ला लिया? 2.5 घंटे दी हो गए बोर्ड बोर्डिंग जा रही। हां जी समान क्यों ला ट्रैक्टर ट्राली राही इस समान ते काम करा की कराएंगे जिस बोर्ड ते खड़ी है इत्थे तुसीं देख ही रहे हो इस गल नूं तां ये देख लियो लोग जिहड़े आ समान हुण आर्मी दी बोर्ड दे विचों कढ़न लग गए ने कहिंदे कि तां पहुंचा नहीं रहे असीं अपने तौर ते पहुंचाउण दी जिहड़ी कोशिश करदे आ और अधिकारी दे नाल मैं गल करन दी कोशिश कीती है वो कहिंदे कि एक मिनट वो अपने किसी अधिकारियों के नाल गलबात भी शायद कर रहे होने आ इस करके उन्होंने भी कहता होना कि शायद एक अद्धा मिनट रुक जाओ तो मैं दोबारा गल करन दी कोशिश करदा कि लोग जिहड़े आ समान विचों कढ़न लग गए आ सर सर इन्हें लेट क्यों हो रहा और लोग भी समान कढ़ने शुरू हो गया बिचों लोग कहते कि 4 घंटे हो गए कोई वोट अंदर गई है समान अंदर जरूरत है लोगों को समान की जरूरत है लोगों को आ खाने के लिए अंदर जरूरत है सर प्लीज बोल रहे हैं कि काफ़ी देर से खड़े हुए हैं लोग आपके सामने बोल रहे हैं अधिकारी कुछ बोलने जोड़ा वो तैयार नहीं है तुहाडे सामने मैं गल की है लोग कह रहे हैं कि 4 घंटे तो इतने वोट खड़ी हुई है और अधिकारी बोलने तैयार नहीं ये आर्मी के अधिकारी ने इन्हों की कोई जवाबदेही है या नहीं है ये कोई पता नहीं लोकल प्रशासन इतने है नहीं तो लोग जोड़े वो बड़े परेशान ने और मैं कोशिश की है गलबात करने की उन्होंने कि भाई क्यों नहीं भेजा जा रहा राशन तो वो कोई जवाब देने जोड़ा तैयार नहीं पर लोग जोड़े अक के उन्होंने अपने समान बच्चों कढ़ना शुरू हो गया कि असी अपने तौर पर जोड़ा भेजने की कोशिश करते हैं और लोकल प्रशासन के नाल असी भी गलबात जी करने की कोशिश करा तो दोबारा भी इन्हों के नाल गलबात कोशिश करा कि क्यों नहीं जल्दी भेजा जा रहा। कैमरामैन गुरवीर सुखविंदर सिद्धू रोजाना लोक नाटी वी पटियाला।